हाँ जी, क्या क्या नाम है आपका? मंटू शर्मा नाम है। कहाँ से हो? बिहार से है। कितने दिन हो गया आपको? 26 तारीख को यहाँ पे आए हैं। यहाँ बैठ के काम काम कुछ नहीं चल रहा है, 2-4 घंटा काम चलता है, पूरी दिहाड़ी बैठ के खा रहे, रोटी भी खाने के लिए भी पैसा नहीं होता है यहाँ पे हम लोग को। उसके बाद घर में बीवी बच्चे बीमार होता है तो वहाँ से घर से आता है ऑर्डर कि पैसे भेजो पैसे भेजो। हम लोग यहाँ मिल ही नहीं रहा है हम ही लोग को खाने के लिए, तो हम कहाँ से पैसे भेजें? और काम को चल नहीं रहा है, बिल्कुल बैठ के खा रहे हैं आराम से यहाँ। और सरकार की तरफ से कोई प्रबंध नहीं किया गया? नहीं सर, कुछ नहीं। सरकार क्या करेगा, इसमें कोई मदद नहीं कर रहा है मजदूर आदमी को। हाँ जी भैया जी, आपको कहना चाहो? हम लोग चौधरी हैं, हम लोगों पे दबाव आ रहा है कि 20-25 बंदे बैठ के खा रहा है। मैं ऊपर से बात करते हैं कि पैसे डालो खाने के लिए, 10,000 रुपया भी नहीं देता है। बोलता है अपना माल आएगा आएगा, अब कब आएगा? बाजार पूरा खाली हो गया है। नहीं, अगर आप 10 दिन ऐसे खाइए तो आप तो यहाँ से पैसा घर से मंगा कर वापस जाओगे। घर से मंगा के जाना पड़ेगा वापस, तब क्या करेंगे? बैठ कर 2 महीना हो चुका है। नहीं, अगर ऐसा हाल है तो अगले सीजन आप लोग तो पंजाब आएंगे नहीं, फिर तो पंजाब का आएंगे। हाँ भैया जी, आपको कहना चाहते हो? बोल रहे हैं ऐसा ही काम चलेगा तो हम लोग बिहार छोड़ के किस लिए आए हैं यहाँ पे? 20-25 दिन से यहाँ पे बैठ के खा रहे हैं। कोई है कि 10 दिन का राशन दे रहे हैं क्या? इसीलिए हम सब जो अब की बार सीजन लगा देते हैं, अब की बार नहीं आएंगे बाहर पंजाब। हाँ जी भैया जी, आपको कहना चाहते हो? कहना चाहते हैं कि काम रोजगार यहाँ पर नहीं हो रहा है। ये बिहार हाउस की खरीद है, जैसे वो माल नहीं चक्का जा रहा है, इसका क्या कारण है? इसके माल भी चक्का नहीं जा रहा है, जो बोरी भराता है वो स्टेक लग के रह रहा है, घंटे 2 घंटा काम चलता है। तो अफसर लोग जहाँ आते नहीं है? ऑफिस कोई अफसर लोग जहाँ आते नहीं? कोई नहीं आता अफसर लोग, कोई नहीं आता, कोई नहीं आता, कोई नहीं आ रहा है, कोई नहीं आ रहा है, कोई नहीं आ रहा है, बिल्कुल नहीं सर। क्या एक होगा, भी नहीं होगा, अब गरीब के साथ क्या हो रहा है नहीं हो रहा है कुछ भी देखने के लिए नहीं यहाँ मंजूरी है। ठीक है सर, सत श्री अकाल जी। सर कैरी जथेबंदी वालों ਤੁਸੀਂ ਜੀ? ਅਸੀਂ ਜੀ ਪੀਕੇਡੀਓ ਦਕੌਂਦਰ ਗਰੁੱਪ ਕਰਨੀ ਹੋਈ ਹੈ। ਤੇ ਜਿਵੇਂ ਸਰ ਦੇਖਿਆ ਗਿਆ ਹੱਲਾ ਮੰਡੀ ਦੇ ਵਿੱਚ ਪਿਛਲੇ 10 ਦਿਨਾਂ ਤੋਂ ਮਾਲ ਨਹੀਂ ਚੱਕਿਆ ਜਾ ਰਿਹਾ, ਇਹ ਬਿਆਰ ਹੋਸ ਦੀ ਖਰੀਦ ਹੈ ਤੇ ਕੀ ਕਾਰਨ ਹੈ ਜੀ? ਕਾਰਨ ਤਾਂ ਇਹਦੇ ਜੀ ਸਰਕਾਰ ਦੀਆਂ ਮੰਦੀਆਂ ਨੀਤੀਆਂ ਨੇ। ਅਸੀਂ ਜ਼ਿਮੀਦਾਰ ਹੈਰਾਨ ਹੋ ਰਿਹਾ ਬਹੁਤ, ਮਾਲ ਬਿਲਕੁਲ ਸੁੱਕਾ, ਕੋਈ ਚਕਾਈ ਨਹੀਂ ਹੋ ਰਹੀ, ਆੜ੍ਹਤੀਆ ਵੀ ਪਰੇਸ਼ਾਨ ਹੈ, ਸੈਲਰ ਮਹਿਕਮਾ ਵੀ ਪਰੇਸ਼ਾਨ ਹੈ। ਇਹ ਸਾਡੀ ਤਾਂ ਇਹੀ ਹੈ ਵੀ ਆੜ੍ਹਤੀਆਂ ਨਾਲ ਬੈਠ ਕੇ ਜੋ ਵੀ ਹੈ ਉਹਨਾਂ ਦੀ ਨਾਲ ਸਲਾਹ ਮਸ਼ਵਰਾ ਕਰਕੇ ਮਾਲ ਦੀ ਚਕਾਈ ਹੋਵੇ ਜੀ। ਬਿਲਕੁਲ ਸਾਫ਼ ਮਾਲ ਹੈ, ਸੁੱਕਾ ਮਾਲ ਹੈ, ਜ਼ਿਮੀਦਾਰ ਬਹੁਤ ਪਰੇਸ਼ਾਨ ਹੈ ਇਹਦੇ ਵਿੱਚ। ਜਿਵੇਂ ਸਰ ਦੇਖਿਆ ਜਾ ਰਿਹਾ ਤਿਉਹਾਰ ਆ ਰਹੇ ਨੇ, ਅੱਗੇ ਕਿਸਾਨਾਂ ਨੇ ਆਗਰੀ ਫਸਲ ਦੀ ਵੀ ਤਿਆਰੀ ਕਰਨੀ ਆ, ਜੇ ਇਹ ਕੰਮ ਉਲਝ ਗਿਆ ਇਹ ਲੰਬਾ ਵੀ ਚੱਲ ਜਾ ਸਕਦਾ? ਇਹ ਤਾਂ ਜੀ ਲੰਬਾ ਚੱਲੂਗਾ ਜੀ, ਖੇਤ ਦੇ ਵਿੱਚ ਫਸਲ ਖਰਾਬ ਹੋ ਰਹੀ ਹੈ ਜੀ, ਉੱਤੋਂ ਮੌਸਮ ਦਾ ਕੋਈ ਪਤਾ ਨਹੀਂ ਕੀ ਬਣ ਜਾਵੇ ਜੀ। ਬਿਲਕੁਲ ਪੱਕੀ ਫਸਲ ਹੈ, ਇਹ ਬਹੁਤ ਹੈਰਾਨਗਿਰੀ ਹੋ ਰਹੀ ਹੈ ਜੀ, ਇਹਦਾ ਛੇਤੀ ਤੋਂ ਛੇਤੀ ਕੋਈ ਹੱਲ ਹੋਣਾ ਚਾਹੀਦਾ। ਸਰ ਜਿਵੇਂ ਬਿਆਰ ਹੋਸ ਆ ਜੀ, ਉਰੇ ਹਲਕਿਆਂ ਦਾ ਕੋਈ ਵਧੇਕ ਨਹੀਂ ਆ ਕੇ ਮੰਡੀਆਂ ਦਾ ਜਾਇਜ਼ਾ ਲਿਆ ਜੀ? ਕੋਈ ਕਿਸੇ ਨੇ ਵਧਾ ਕੇ ਨਹੀਂ ਜੀ ਆਇਆ ਉਰੇ, ਕੋਈ ਕਿਸੇ ਨੇ ਜਾਇਜ਼ਾ ਨਹੀਂ ਲਿੱਤਾ। ਇੱਥੇ ਬੜੀ ਹੈਰਾਨ ਪਰੇਸ਼ਾਨੀ ਆ, ਤੁਹਾਡੇ ਸਾਹਮਣੇ ਖੇਤਾਂ ਦੇ ਵਿੱਚ ਫੜ ਬਣਾ ਕੇ ਆੜ੍ਹਤੀਏ ਹੈਰਾਨ ਕਰ ਰਹੇ ਨੇ ਜੀ, ਕੋਈ ਲਿਫਟਿੰਗ ਨਹੀਂ ਹੋ ਰਹੀ, ਲੇਬਰ ਵੀ ਪਰੇਸ਼ਾਨ ਹੈ, ਲੇਬਰ ਜੀ ਮਾਲ ਭਰ ਭਰ ਕੇ ਢਾਂਗਾ ਲਗਾ ਰਹੇ ਨੇ, ਤੁਹਾਡੇ ਸਾਹਮਣੇ ਆ ਜੀ, ਦੇਖ ਸਕਦੇ ਹੋ। ਜਿਵੇਂ ਸਰ ਇਹ ਡੀ ਐਮ ਨਾਭਾ ਦੀ ਵੀ ਜ਼ਿੰਮੇਵਾਰੀ ਬਣਦੀ ਆ ਕੇ ਮੰਡੀਆਂ ਦੇ ਕਿਸਾਨਾਂ ਦੀ ਸਾਰ ਲੱਤੀ ਆ, ਵੀ ਆੜ੍ਹਤੀਆਂ ਦਾ ਆਪਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਨੇ, ਬਸ ਸਰਕਾਰ ਮਾਰ ਚੱਕੂਗੀ ਤਾਂ ਹੀ ਇਹਨਾਂ ਦਾ ਵੀ ਅੱਗੇ ਮਾਰ ਉੱਤਰੂ, ਹੈ ਨਾ ਜੀ? ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਜੀ, ਆੜ੍ਹਤੀਆਂ ਵੱਲੋਂ ਕੋਈ ਘਾਟ ਨਹੀਂ ਜੀ। ਇਹ ਸਾਰੀ ਜਿਹੜੀ ਹੈਗੀ ਰਣਨੀਤੀ ਸਰਕਾਰ ਦੀ, ਉਹ ਮੰਨ ਲਓ ਵੀ ਤੁਸੀਂ ਅਣਗਹਿਲੀ ਹੈ ਜੀ। ਜਿਵੇਂ CM ਸਾਹਿਬ ਕਹਿੰਦੇ ਵੀ 24 ਘੰਟੇ ਫਸਲ ਵੇਚ ਕੇ ਜੀ ਕਿਸਾਨ ਨੂੰ ਪੈਸਾ ਦਿੱਤਾ ਜਾਊਗਾ, ਪਰ ਉਹ ਤਾਂ ਸਾਰੇ ਵਾਅਦੇ ਝੂਠੇ ਸਾਬਤ ਹੋ ਰਹੇ ਨੇ। ਇਹਦਾ ਝੂਠੇ ਨੇ ਜੀ, ਬਿਲਕੁਲ ਝੂਠੇ ਨੇ, ਕੋਈ 24 ਘੰਟੇ ਸਾਨੂੰ ਜੀ 8-8 ਦਿਨ ਹੋ ਗਏ ਜੀ ਬੈਠਿਆਂ ਨੂੰ, 8 ਦਿਨ ਜੀ ਮੈਨੂੰ ਖੁਦ ਬੈਠੇ ਨੂੰ ਹੋ ਗਏ, ਕੋਈ ਮਾਲ ਨਹੀਂ ਜੁਗ ਰਿਹਾ ਜੀ, ਕੋਈ ਉਹ ਨਹੀਂ ਹੋ ਰਿਹਾ, ਬਿਲਕੁਲ ਸੁੱਕਾ ਮਾਲ ਹੈ, 16 ਮੋਚਰ ਵਾਲਾ ਮਾਲ ਆ ਰਿਹਾ ਜੀ।
ਧੰਨਵਾਦ ਸਰ। ਸਸਿਕਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਰੋਜ਼ ਹੀ ਦਾਅਵੇ ਕੀਤੇ ਜਾਂਦੇ ਨੇ ਵੀ ਅਸੀਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਵਾਂਗੇ, ਉੱਥੇ ਹੀ ਭਾਜਪਾ ਸਰਕਾਰ ਵੱਲੋਂ ਵੀ ਜੋ ਵਾਅਦੇ ਕੀਤੇ ਗਏ ਨੇ, ਪਰ ਜੋ ਸਾਡੇ ਬਾਹਰੀਆਂ ਸਟੇਟਾਂ ਤੋਂ ਕੰਮ ਕਰਨ ਵਾਸਤੇ ਪ੍ਰਵਾਸੀ ਮਜ਼ਦੂਰ ਆਏ ਹੋਏ ਨੇ, ਨਾ ਤਾਂ ਵਿਚਾਰੇ ਜਿੰਨਾ ਕੋ ਪੈਸਾ ਕਮਾਉਂਦੇ ਨੇ ਉਨਾ ਕੀ ਉਹਨਾਂ ਦਾ ਲੱਗ ਜਾਂਦਾ। ਸਰਕਾਰ ਨੂੰ ਬੇਨਤੀ ਆ ਕਿ ਬਿਆਰ ਹੋਰ ਦੀ ਉਹਦੇ ਖਰੀਦ ਹੋਣ ਦੇ ਬਾਵਜੂਦ ਪਾਲੀਆ ਮੰਡੀ ਦੇ ਹੱਲਾ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਾ ਹੈਗੇ ਨੇ, ਨਾ ਮਾਰ ਚੱਕਿਆ ਜਾ ਰਿਹਾ, ਇਸ ਕਰਕੇ ਉਹ ਗਰੀਬ ਪਰਿਵਾਰਾਂ ਦੇ ਲੋਕ ਬਹੁਤ ਹੈਰਾਨ ਹੋ ਰਹੇ ਨੇ। ਦੂਜੇ ਪਾਸੇ ਦੇਖਿਆ ਜਾਵੇ ਕਿਸਾਨਾਂ ਨੇ ਤਿਉਹਾਰਾਂ ਦਾ ਸਮਾਂ ਹੋ ਰਿਹਾ, ਕਿਸਾਨ ਵੀ 10-10 ਦਿਨਾਂ ਵਿੱਚੋਂ ਮੰਡੀਆਂ ਦੇ ਵਿੱਚ ਬੈਠੇ ਨੇ। ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਅਗਰ ਕੁਛ ਦਿਨਾਂ ਵਿੱਚ ਇਹਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲਾ ਸਮਾਂ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ। ਇਸ ਕਰਕੇ DC ਪਟਿਆਲਾ ਅਤੇ SDM ਨਾਭਾ ਨੂੰ ਬੇਨਤੀ ਆ, ਸਹਿਤੀ ਤੋਂ ਸਹਿਤੀ ਇਹਨਾਂ ਦਾ ਹੱਲ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੱਲ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਫਸਲ ਚੱਕ ਕੇ ਉਰੇ ਮੰਡੀਆਂ ਦੇ ਵਿੱਚ ਪ੍ਰਬੰਧ ਕੀਤੇ ਜਾਣ। ਜਿੱਥੇ ਦੇਖਿਆ ਗਿਆ ਮਾਰਕੀ ਕਮੇਟੀ ਭਾਰਸਾ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਨੇ ਅਤੇ ਭਾਰਸੋਂ ਪਾਣੀ ਦੀ ਕੋਈ ਦਿੱਕਤ ਨਹੀਂ ਆ ਰਹੀ, ਉੱਥੇ ਹੀ ਬਾਕੀ ਪ੍ਰਬੰਧ ਆੜ੍ਹਤੀਆਂ ਵੱਲੋਂ ਵੀ ਪੂਰੇ ਕੀਤੇ ਹੋਏ ਨੇ, ਜਿਸ ਕਰਕੇ ਇਕੱਲੀ ਪੰਜਾਬ ਦੇ ਬਿਆਰ ਹੋਰ ਮਹਿਕਮੇ ਵੱਲੋਂ ਕੋਈ ਨਾ ਪ੍ਰਬੰਧ ਹੋਣ ਕਰਕੇ ਨਾ ਹੀ ਬਾਰਦਾਨੇ ਦੀ ਦਿੱਕਤ ਆ ਰਹੀ ਹੈ। ਇਸ ਕਰਕੇ ਬੇਨਤੀ ਆ ਛੇਤੀ ਤੋਂ ਛੇਤੀ ਬਿਆਰ ਹੋਰ ਦੇ ਅਫਸਰਾਂ